ஆளு. ਬਾਜਦਾ ਇਮਾ ਹੀ ਕਹਿੰਦਾ ਰਹਿੰਦਾ ਭਾਜੀ ਆ ਜਾ ਭਾਜੀ ਆ ਜਾ ਭਾਜੀ ਆ ਜਾ ਮੈਂ ਲੱਭ ਜੂ ਭਾਜੀ ਬਹੁਤ ਪਿਆਰ ਕਰਦਾ ਤੈਨੂੰ ਇੱਕ ਥੋੜ੍ਹੇ ਲਿਆ ਹਾਂ ਬਈ ਸਹਿਜ ਕੀ ਹਾਲ ਹੈ ਮੰਮਾ ਆ ਗਈ ਨਾ ਹੁਣ ਮੰਮੀ ਆ ਗਈ ਨਾ ਤੂੰ ਕਿ ਹਾਂ ਤੂੰ ਕਿ ਹਾਂਜੀ ਤੂੰ ਕਿ ਮੈਂ ਬਹੁਤ ਪਿਆਰ ਕਰਦਾ ਮੰਮਾ ਪਾਪਾ ਨੂੰ ਬਹੁਤ ਪਿਆਰ ਕਰਦਾ ਨਾਨਾ ਨਾਨੀ ਨੂੰ ਖਾਓ ਪਰੌਂਠਾ ਆਲੂ ਵਾਲਾ ਪਰੌਂਠਾ ਖਾਓ ਦਸ ਵੱਜ ਗਏ ਪਰੌਂਠਾ ਤਿਆਰ ਹੈ ਥੋੜ੍ਹਾ ਥੋੜ੍ਹਾ ਦਹੀਂ ਵੀ ਖਾਓ ਲੱਸੀ ਵੀ ਲਿਆਓ ਖਾਓ ਪਾਣੀ ਵੀ ਪੀਓ ਚਾਹ ਵੀ ਪੀਓ ਸਭ ਕੁਛ ਖਾ ਖਿਲਾ ਰਹੇ ਆ ਆਪਕੋ आप भी कोई बात करो आप सोई पड़ी हो सोई पड़े कल अस गए से अपने भाग रविंदर होना पहला ਬਹੁਤ ਵਧੀਆ ਸਫ਼ਰ ਰਿਹਾ ਚੰਗਾ ਟੂਰ ਰਿਹਾ ਦੇਖੀ ਸਰ ਥੋੜ੍ਹਾ ਜਿਹਾ ਲੱਗਦਾ ਸੀ ਟੂਰ ਵਧੀਆ ਰਿਹਾ ਸਾਡਾ ਵਧੀਆ ਬੈਠੇ ਆ ਸੇਵਾ ਹੋਈ ਆ ਖਾਧਾ ਪੀਤਾ ਇੰਜੋਏ ਕੀਤਾ ਫਿਰ ਮਾਰਕੀਟ ਵਿੱਚ ਥੋੜ੍ਹੀ ਸ਼ੋਪਿੰਗ ਕੀਤੀ ਤਾਂ ਅਸੀਂ ਅਤੇ ਅਸੀਂ ਫਿਰ ਰਾਤ ਇੱਥੇ ਰਹਿ ਗਏ ਸੰਦੀਪ ਕੌਰ ਮਨਜੀਤ ਸਿੰਘ ਵੀ ਚਲਾ ਗਿਆ ਅਸੀਂ ਆਪਣੇ ਬੱਚਿਆਂ ਕੋਲ ਰਾਤ ਨੂੰ ਸੰਡੇ ਸ਼ੋਪ ਖੋਲਣੀ ਹੈ ਬਸ ਨਿਭੋ ਅੱਜ ਫਿਰ ਅਸੀਂ ਟੂਰ 'ਤੇ ਜਾ ਰਹੇ ਹਾਂ ਕੋਈ ਨਾ ਕੋਈ ਸ਼ੋਪਿੰਗ ਕਰਾਂਗੇ ਕੋਈ ਚੀਜ਼ ਦੇਖਾਂਗੇ ਕੋਈ ਸਹਿਜ ਨੂੰ ਵੀ ਕੁਛ ਲੈ ਕੇ ਦੇਵਾਂਗੇ ਅਤੇ ਸਹਿਜ ਨੂੰ ਇੰਜੋਏ ਕਰਾਵਾਂਗੇ ਬਾਹਰ ਹੀ ਨੂੰ ਕੁਛ ਖਿਲਾਵਾਂ ਪਿਲਾਵਾਂਗੇ ਜੋ ਇਹ ਕੌਮਵਾਈ ਨੂੰ ਅੱਜ ਇੰਜੋਏ ਕਰਾਵਾਂਗੇ ਇਹਨੂੰ ਕਿਤੇ ਪਾਰਕ 'ਚ ਲੈ ਕੇ ਜਾਵਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਆਈਸਕ੍ਰੀਮ ਵਗੈਰਾ ਤਾਂ ਨਹੀਂ ਮਿਲਣੀ ਕਿਉਂਕਿ ਇਹਦਾ ਗਲਾ ਖਰਾਬ ਹੈ ਇਹਨੂੰ ਕੋਈ ਹੋਰ ਅੱਛੀ ਚੀਜ਼ ਖਰਾਵਾਂਗੇ ਗਰਮ ਗਰਮ ਦੇ ਕੜਾ ਜਿਹਾ ਗਰਮ ਹੋ ਗਿਆ ਤੂੰ ਹੱਸੀ ਜਾਂਦੀ ਇੱਥੇ ਖੜੀ ਦਹੀਂ ਬਹੁਤ ਸਵਾਦ ਹੈ ਘਰੇ ਜਮਾਇਆ ਸੁਣਦੇ ਵਧੀਆ ਬੜੇ ਅੱਧੀ ਲੈ ਲੈਂਦੇ ਹੌਲੀ ਹੌਲੀ ਖਾਏ ਇੱਥੇ ਰੱਖ ਮੇਰੇ ਥੋੜ੍ਹਾ ਥੋੜ੍ਹਾ ਆਵੇ ਨਾ ਫਿਰ ਬੰਦਾ ਖਾ ਆ ਲੈ ਲੋ ਤੁਹਾਡੇ ਮੋੜ ਕੇ ਫੋਨ ਦੇ ਤੇਰੀ ਮੰਮੀ ਠੰਡੀ ਚਾਹ ਪੀਂਦੀ ਹੈ ਠੰਡਾ ਪਰੌਂਠਾ ਖਾਂਦੀ ਹੈ ਨਾ ਅੱਛਾ ਇੱਥੋਂ ਦੇ ਅਤੇ ਕਦੀ ਮੈਂ ਉਹਨੂੰ ਪਰੌਂਠਾ ਦੇਣਾ ਕਦੀ ਉਹ ਮੈਨੂੰ ਪਰੌਂਠਾ ਦੇ ਇਹਦੇ ਨਾਲ ਪਿਆਰ ਬਣਦਾ ਸਮਝੇ ਅਸੀਂ ਖਾਓ ਵਟੇ ਨਹੀਂ ਕਰਦੇ ਪੱਤੀ ਦੁਆ ਹੈ ਆ ਜਾ ਬੋਕਾ ਜੇ ਕਰ ਰੋਟੀ ਦੇ ਟਾਈਮ ਵਧੀਆ ਰੋਟੀ ਮਿਲਦੀ ਆ ਚਾਹ ਦੇ ਟਾਈਮ ਚਾਹ ਨਹੀਂ ਮਿਲਦਾ ਦੁੱਧ ਮਿਲਦਾ ਮਕਸ ਤੂੰ ਗੱਦੀ ਵੱਡ ਹੋ ਜਾਂਦੀ ਹੈ ਬਹੁਤ ਬਸ ਸਹਿਜ ਵੀ ਨਾ ਸ਼ਰਾਰਤੀ ਹੋ ਗਿਆ ਜ਼ਿਆਦਾ ਇਹ ਵੀ ਬਾਜਦਾ ਹੀ ਭਰਾ ਆ ਜਿੱਦਾਂ ਉਹ ਸ਼ਰਾਰਤਾਂ ਕਰਦਾ ਉੱਦਾਂ ਹੀ ਇਹ ਸ਼ਰਾਰਤਾਂ ਕਰਦਾ ਬੱਚੇ ਨਹੀਂ ਸ਼ਰਾਰਤਾਂ ਕਰਨਗੇ ਹੋਰ ਕਿਤੇ ਅਸੀਂ ਸ਼ਰਾਰਤਾਂ ਕਰਨੀਆਂ ਇਹਨਾਂ ਦੀ ਉਮਰ ਹੈ ਸ਼ਰਾਰਤਾਂ ਕਰਨ ਸਹਿਜ ਪੜ੍ਹਦਾ ਬਹੁਤ ਸੋਹਣਾ ਇਹਦਾ ਹੈਂਡਰਾਈਟਿੰਗ ਬਹੁਤ ਚੰਗਾ ਏ ਬੀ ਸੀ ਵਧੀਆ ਲਿਖਦਾ 1 2 3 ਵਧੀਆ ਲਿਖਦਾ ਇਹ ਬਹੁਤ ਸਿਆਣਾ ਬੱਚਾ ਹੈ ਡਾਕਟਰ ਬਣੇਗਾ ਇਹ ਟੀਕੇ ਲਾਊ ਲੋਕਾਂ ਦੇ ਕੀ ਬਣਨਾ ਪੁਲਸਾਲਾ ਬਣਨਾ ਪੁਲਸਾਲਾ ਬਣਨਾ ਲੋਕਾਂ ਦੀ ਪੋ ਕੁੱਟੂੰਗਾ ਅੱਛਾ ਇਹ ਬਣੂਗਾ ਇੰਜੀਨੀਅਰਿੰਗ
इंजीनियर बनेगा सॉफ्टवेयर का, एक कंप्यूटर चलाऊंगा कंप्यूटर, तेरी मम्मी ने प्रॉब्लम है। चिंती हाल है तोड़ दूंगा भाई, वो मेरे को प्रॉब्लम है ना, बस असि हूँ आए टूर दे दो तीन दिन वास्ते, ठीक है सहज मुल कई महीनों तो बाद सहज में असि बाई फेस टू फेस देखा, इज्जा मुक्कल लगा कि 27 तरीक हो गए कच्चा खाला है डोसा ले लो, डोसा खाओ बहुत बढ़िया खाना है, रोटी पानी खा के फिर मार्केट चला गया, ठीक है तो पार्क भी जाऊंगा, नवी वैरायटी लवांगा पार्क भी जाऊंगा, कल गुरबाज नु जंप करने वाला ने कह देता और खेलूगा, बाहर नहीं जाऊंगा, बाहर नहीं जाऊंगा तो देता हूं तू सेफ सेफ बना के चले जा, हां ताई तो गए ले मैं तो उतना ही करना मैं तो वैसे ही मखौल वाली खाता वो ब्लॉग बनाने तां तैनू शेक कर यार गंदा बेबी यार, बहुत गंदा सहज तो बहुत चंगा, हाँ गुड बॉय तुम दोनों बहुत गुड बॉय, हाँ बाज तो बहुत गुड बॉय ना खा दे बाहर तो बहुत लीप बच्चा है, गुरबाज जसमीन अमू अजीज वाह सुपर बच्चे, जसमीन सुपर, हरमन सुपर, अजीज सुपर, सैड गुरबाज सुपा, ओके वेरी गुड बोलन दे पहला, हाँ जी
ਜਾ ਰਹੇ ਸ਼ੋਪਿੰਗ ਕਰਨ ਜਿਹੜਾ ਟੂਰ ਤੇ ਆਏ ਹੋਏ ਆ ਦੋ ਚਾਰ ਦਿਨ ਵਾਸਤੇ ਆਪੀ ਪਾ ਛੋਟੀ ਕੁੱਕੋ ਚਲੋ ਸੱਜੇ ਆ ਜਾ ਦੇਖ ਬਸ ਤੇ ਆ ਤੇਰੀ ਬਾਜ਼ਾਰ ਚ ਬਣਾਵਾਂ ਤੇਰੀ ਬਾਜ਼ਾਰ ਚ ਬਣਾ ਚਲ शॉपिंग करनी बाजार जाके मिलते कितने पहुंच गए सहज भोलू लगता झूला लेके भेजे मिल गया बाद में तेरी दुनिया पे दादी मिल गया तेरी मीडिया आ गया जी लुधियाने का घंटा घर नाल दे दे की सेगा डाले दो घंटा घर लुधियाने का घंटा घर पानी चल एक सेकंड जरा मामा मामा पानी में थैंक यू इयररिंग्स खरीद लिए शॉपिंग शुरू हो गई साड़ी और मम्मी ने सूट देख लिया शायद भी थोड़ा छाटा हेलो कर दे अम्मी फड़ी कैसे हाथ पड़ा हाँ उधर देख ली कि नहीं आप भी है वैसे देख ली पापा रे आजा आजा ਸਾਈਕਲ ਕਿਹਾ ਕਿ ਬਦਲਦਾ ਹੁੰਦਾ ਹੈ
ਸਹਿਜ ਨਾ ਕਰ ਚੈੱਕ ਕੀ ਆਈਟਮ ਦੇਖ ਰਹੇ ਹਾਂ ਜੀ ਹੁਣ ਸੂਟਾਂ ਦੀ ਸ਼ਾਪਿੰਗ ਹੋ ਗਈ ਡਨ ਆ ਲਾ ਲਾ ਟੋਟਲ ਹੁਣ ਇੱਧਰ ਬਿੱਲ ਲੱਗਣ ਲੱਗਾ ਕੈਸ਼ੀਅਰ ਤੋਂ ਪੈਸੇ ਵੀ ਲੈ ਲਏ ਕੈਸ਼ੀਅਰ ਵਟੇ ਉਹ ਫੋਟੋ ਕਾ ਟੁੱਟੀ ਜਾਂਦੇ ਸਹੀ ਜੁੱਤੀ ਵਾਲੀ ਦੁਕਾਨ ਤੇ ਪਹੁੰਚ ਗਏ ਹੁਣ ਅਸੀਂ ਕੀ ਖਾਨਾ ਸ਼ੰਤਰੇ ਵਾਲੀ ਗੋਲੀ ਟੇਸਟੀ ਆ ਹਲੇ ਅਮੀ ਸੂਟ ਚੱਲਦੇ ਆਪਣੇ ਹਾਂਜੀ ਹੁਣ ਖਾਵਾਂਗੇ ਡੈਡੀ ਦੱਸੋ ਪਾਣੀ ਬੋਤਲ ਹੈ ਨਹੀਂ ਕਹਾਂ ਹਾਂਜੀ ਖਾਓ ਪੀਓ ਪਹਿਲਾਂ ਉਹ ਤੋਂ ਬਾਅਦ ਗੁਰੂ ਮਹਾਰਾਜ ਦਾ ਆਸ਼ੀਰਵਾਦ ਨਾਲ ਆਰਾਮ ਨਾਲ ਉੱਥੇ ਚਾਹ ਵਾਲੀ ਦਾ ਲੰਗਰ ਚਲਾਵੇ ਚਾਹ ਵੀ ਲਓਗੇ ਖਾਂਦੇ ਦੇਖ ਲੈ ਮੈਂ ਤਾਂ ਆਪ ਨੀਂਦ ਬਹੁਤ ਆਈ ਆ ਤੁਸੀਂ ਆਏ ਹੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣੇ ਦੇਖ ਲਾ ਅਮੀ ਧਿਆਨ ਨਾ ਅਮੀ ਇਹਦਾ ਪਿਆ
सर आ जा, डैडी आए शायद। इतने नहीं अंदर अंदर चल। मार्केट तो शॉपिंग वगैरह करके हम असी उपर सैर कर रहे हैं। 6 बजे चाय चू पी ली है। हम थानू असी नैक्सट ब्लॉग में मिलेंगे। डैडी साढ़े ब्लॉग एंड करे। डैडी बाय बाय कर दो। हम हाँ जी असी हम ब्लॉग एंड कर लगे। जे कोई गलती हो गई तो सानू सारू माफ करो। बाय बाय।